ਇਹ ਪਿੰਡ ਹਮਜ਼ਾ ਦੇ ਰਹਿਣ ਵਾਲੇ ਹਨ। ਇਹ ਗਵਾਈ ਨਦੀ ਬੇਟੀ ਦੀ ਹੈ। ਇਹਦੇ ਦੋਨੋਂ ਅੱਜ ਤੋਂ ਡੇਢ ਮਹੀਨੇ ਪਹਿਲਾਂ ਇਹ ਦੋਨੋਂ ਸਿਸਟਰ ਆਪਣੀ ਸਕੂਟਰੀ ਦੇ ਉੱਪਰ ਅੰਮ੍ਰਿਤਸਰ ਤੋਂ ਆ ਰਹੇ ਸੀ ਔਰ ਰਸਤੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ ਕਰਕੇ ਇਹਨਾਂ ਇਹ ਸਿਸਟਰ ਨੀਚੇ ਡਿੱਗੇ ਜਿਹਦੇ ਕਰਕੇ ਸਿਸਟਰ ਦੇ ਗੋਡੇ ਦੇ ਵਿੱਚ ਇੰਨੀ ਜ਼ਿਆਦਾ ਸੱਟ ਲੱਗੀ ਕਿ ਸਿਸਟਰ ਨੇ ਜਦੋਂ ਆਪਣਾ ਐਕਸਰਾ ਕਰਾਇਆ ਜਿਹਦੇ ਵਿੱਚ ਆਇਆ ਗੋਡੇ ਦੇ ਵਿੱਚ ਸਾਡੀ ਹੱਡੀ ਵਿੱਕੀ ਹੋ ਚੁੱਕੀ ਹੈ ਜਿਹਦੇ ਕਰਕੇ ਸਿਸਟਰ ਬੈਠ ਨਹੀਂ ਸਕਦੇ ਸੀ। ਇਹ ਸਿਸਟਰ ਖਲੋ ਨਹੀਂ ਸਕਦੇ ਸੀ, ਇਸਨੂੰ ਬਹੁਤ ਜ਼ਿਆਦਾ ਪੇਨ ਨਹੀਂ ਸੀ, ਕੋਈ ਦਵਾਈ ਅਸਰ ਨਹੀਂ ਕਰ ਰਹੀ ਸੀ ਔਰ 15 ਅਪ੍ਰੈਲ ਨੂੰ ਪਾਪਾ ਜੀ ਜਦ ਪੁਲ ਪੇੜ ਤੋਂ ਪਹਿਲਾਂ ਵਰਸ਼ਿਪ ਦੇ ਵਿੱਚ ਚਲੇ ਗਏ ਜਗ੍ਹਾ ਤੇ ਇਹ ਸਿਸਟਰ ਵੀ ਜਗ੍ਹਾ ਤੇ ਵਰਸ਼ਿਪ ਕਰ ਰਹੇ ਸੀ। ਇਹ ਜਦ ਸਿਸਟਰ ਵਰਸ਼ਿਪ ਕਰਦੇ ਕਰਦੇ ਪਰਮੇਸ਼ਰ ਆਤਮਾ ਨੇ ਉਸ ਭੈਣ ਨੂੰ ਟੱਚ ਕੀਤਾ, ਉਸ ਦਿਨ ਤੋਂ ਬਾਅਦ ਇਸ ਭੈਣ ਦੀ ਹੱਡੀ ਉਹ ਜੋ ਦਰਦ ਬਿਲਕੁਲ ਕੈਬ ਹੋ ਚੁੱਕੀ ਹੈ। ਇਸ ਗਵਾਈ ਦੇ ਲਈ ਪ੍ਰਭੂ ਯੇਸ਼ੂ ਸੇ ਧੰਨਵਾਦ ਕਰਦੇ ਹਾਂ ਜੋ ਸੈਤਾਨੋ ਕੇ ਸਾਥ। ਗੁਡੀਆ ਤੁਸੀਂ ਆਪਣੀ ਸਿਸਟਰ ਆਪਣੀ ਆਪਣੀ ਗਵਾਈ ਚ ਲਿਖਿਆ ਇਹਦੇ ਪਾਪਾ ਉਸ ਜਗ੍ਹਾ ਤੇ ਅੰਕੇ ਵਰਸ਼ਿਪ ਕਰ ਰਹੇ ਸੀ ਔਰ ਤੁਸੀਂ ਵਰਸ਼ਿਪ ਕਰ ਰਹੇ ਸੀ, ਕੀ ਹੋਇਆ ਸੀ ਉਹ ਉਸ ਟਾਈਮ ਤੇ? ਓਕੇ, ਪਹਿਲਾਂ ਪੇਨ ਹੋ ਰਹੀ ਸੀ, ਜਦ ਹੀ ਪਾਪਾ ਜੀ ਆਣ ਕੇ ਉਸ ਜਗ੍ਹਾ ਤੇ ਵਰਸ਼ਿਪ ਕਰ ਰਹੇ ਸੀ ਔਰ ਤੁਸੀਂ ਵੀ ਸੇਮ ਵਰਸ਼ਿਪ ਕਰ ਰਹੇ ਸੀ, ਜਦ ਤੁਸੀਂ ਵਰਸ਼ਿਪ ਕਰ ਰਹੇ ਸੀ ਪਰਮੇਸ਼ਰ ਆਤਮਾ ਤੁਹਾਨੂੰ ਛੂਇਆ, ਉਸ ਟਾਈਮ ਉਹ ਦਰਦ ਗਾਇਬ ਹੋਈ। ਮਤਲਬ ਵਰਸ਼ਿਪ ਕਰ ਪਾ ਰਹੇ ਸੀ ਸਰ, ਤੁਹਾਨੂੰ ਪਤਾ ਕਿ ਵਰਸ਼ਿਪ ਕੀ ਕਰਦੀ ਹੈ? ਬੰਦਰਾਂ ਨੂੰ ਤੋੜਦੀ ਹੈ। ਵਰਸ਼ਿਪ ਕੀ ਕਰਦੀ ਹੈ? ਸਾਨੂੰ ਬਲੈਸ ਕਰਦੀ ਹੈ, ਸਾਨੂੰ ਆਪਣੇ ਰੂਹ ਦੇ ਨਾਲ ਭਰਦੀ ਹੈ, ਕਿਉਂਕਿ ਅਸੀਂ ਜਿੱਦਾਂ ਆਪਣੇ ਨੂੰ ਨੀਵਾ ਕਰਦੇ ਹਾਂ ਤੇ ਪਰਮੇਸ਼ਰ ਦਾ ਆਤਮਾ ਸਾਨੂੰ ਉੱਚਾ ਕਰਦਾ, ਗੁਆਈ ਦੇ ਦੇ ਦੇਵੀ ਦੇ ਦੇ ਜੀਵਨ ਦੇ ਦੇ ਹੱਥ ਦੀ ਹੀਲਿੰਗ ਦੇ ਦੇ। ਅਯਸਾ ਦਰ ਇਸ ਗਵਾਈ ਦੇ ਲਈ ਪ੍ਰਭੂ ਯੇਸ਼ੂ ਦਾ ਧੰਨਵਾਦ।